ਜਲੰਧਰ ਵੈਸਟ ਦੀ ਜ਼ਿਮਨੀ ਚੋਣ ਅੱਜ ਹੋ ਚੁੱਕੀ ਹੈ ਔਰ ਸਾਰਾ ਦਿਨ ਮਾਹੌਲ ਸ਼ਾਂਤ ਰਿਹਾ। ਇੱਕ ਸਵੇਰੇ ਸ਼ੀਤਲ ਉਂਗਰਾਲ ਨੇ ਕੁਝ ਇਲਜ਼ਾਮ ਜ਼ਰੂਰ ਲਗਾਏ ਸੀਗੇ, ਲੇਕਿਨ ਪ੍ਰਸ਼ਾਸਨ ਨੇ ਸਾਰਾ ਸਿਸਟਮ ਜਿਹੜਾ ਚੰਗਾ ਪਰਫੋਰਮ ਕੀਤਾ। ਮੈਂ ਗੱਲਬਾਤ ਕਰ ਲੈਂਦੇ ਹਾਂ ਜਿੱਥੇ ਜੀ, ਚੰਗਾ ਪਰਫੋਰਮੈਂਸ ਰਹੀ ਅੱਜ, ਪੁਲਿਸ ਦੀ ਵੀ ਕਿਤੇ ਲੜਾਈ ਝੜਪ ਦੀ ਖਬਰ ਨਹੀਂ ਆਈ, ਓਵਰਆਲ ਦੇਖਿਆ ਜਾਵੇ ਕਿਵੇਂ ਰਹੀ ਸਿਚੁਏਸ਼ਨ? ਦੇਖੋ, ਤੁਸੀਂ ਵੀ ਏਰੀਏ 'ਚ ਮੌਜੂਦ ਸੀਗੇ, ਸਾਡੇ ਵੱਲੋਂ ਜਿਹੜੇ ਬੈਸਟ ਐਫਰਟ ਜਿਹੜੇ ਅਸੀਂ ਕੀਤੇ ਹੈਗੇ, ਅਸੀਂ ਪੀਸਫੁੱਲ ਸਿਕਿਓਰ ਫ੍ਰੀ ਐਂਡ ਫੇਅਰ ਇਲੈਕਸ਼ਨ ਜਿਹੜਾ ਹੈ ਉਹ ਕੰਡਕਟ ਕਰਨ ਦਾ ਸਾਡਾ ਜਿਹੜਾ ਇੰਟੈਂਸ਼ਨ ਸੀ ਉਹ ਅਸੀਂ ਕੰਪਲੀਟ ਕੀਤਾ ਹੈਗਾ। ਸਾਡੇ ਵੱਲੋਂ ਜਿੰਨੇ ਵੀ ਵਾਰਡ ਸੀ ਤੇ ਉੱਥੇ ਮਲਟੀਪਲ ਜਿਹੜੀ ਪੈਟਰੋਲਿੰਗ ਪਾਰਟੀਜ਼, ਸਾਡੇ ਗੈਸਟਰ ਅਫਸਰ ਸਾਹਿਬਾਨ, SHO ਸਾਹਿਬਾਨ ਸਾਰੇ ਲੱਗੇ ਸੀਗੇ ਐਂਡ ਅਸੀਂ ਹਰ ਇੱਕ ਬੂਥ ਨੂੰ, ਹਰ ਇੱਕ ਪੋਲਿੰਗ ਲੋਕੇਸ਼ਨ ਨੂੰ ਰੈਗੂਲਰਲੀ ਕਵਰ ਕਰਦੇ ਸੀਗੇ। ਤੋ ਸਾਡੇ ਵੱਲੋਂ ਜਿਹੜਾ ਹੈਗਾ ਲੋਕਤੰਤਰ ਦਾ ਜਿਹੜਾ ਮਹਾਂਪਰਵ ਹੈ ਉਹਦੇ 'ਚ ਪੂਰਾ ਜਿਹੜਾ ਹੈਗਾ ਐਫਰਟ ਜਲੰਧਰ ਪੁਲਿਸ ਵੱਲੋਂ ਕੀਤਾ ਗਿਆ। ਰਾਜਾ ਵਰਿੰਗ, ਅੱਜ ਕਮਿਸ਼ਨਰ ਦਫ਼ਤਰ ਬੈਠ ਕੇ ਸ਼ੀਤਲ ਨੇ ਇਲਜ਼ਾਮ ਲਗਾਏ ਕਿ ਬਾਹਰੋਂ ਕੁਛ ਆਏ ਨੇ, ਉਹਨਾਂ ਨੂੰ ਲੈ ਕੇ ਕੋਈ ਐਕਸ਼ਨ ਹੈ ਉਸ ਕਿਸੇ? ਦੇਖੋ, ਇਹਦੇ ਰਿਗਾਰਡਿੰਗ ਸਾਨੂੰ ਕੋਈ ਪ੍ਰੋਪਰ ਜਿਹੜੀ ਕੰਪਲੇਨਿੰਗ ਹੈਗੀ ਉਹ ਨਹੀਂ ਹੋਈ। ਕੁਛ ਲੋਕ ਇਹਨਾਂ ਨੇ ਕਿਹਾ ਹੈਗੇ, ਦੇਖੋ ਕੁਛ ਲੋਕ ਰੈਗੂਲਰ ਮੂਵਮੈਂਟ, ਕਈਆਂ ਦਾ ਰੈਗੂਲਰ ਮੂਵਮੈਂਟ ਸੀ ਉਹ ਅਸੀਂ ਚੈੱਕ ਕੀਤਾ ਸੀਗਾ, ਤੋ ਸਾਰੀ ਚੀਜ਼ਾਂ ਅਸੀਂ ਵੈਰੀਫਾਈ ਕੀਤੀਆਂ ਹੈਗੀਆਂ ਐਂਡ ਅਕੋਰਡਿੰਗਲੀ ਅਸੀਂ ਉਹਦੇ 'ਚ ਐਕਸ਼ਨ ਲਿਆ। ਕਿਤੇ ਕੋਈ ਲੜਾਈ ਝਗੜੇ ਦੀ ਜਾਂ ਕਿਤੇ ਕੋਈ ਆਈ ਜਾਂ ਕਲੀਅਰ ਰਿਹਾ ਸਾਰਾ ਸਮੂਹ? ਨਹੀਂ ਨਹੀਂ ਜੀ, ਇਹੋ ਜਿਹਾ ਕੋਈ ਇੰਸੀਡੈਂਟ ਹਾਲੇ ਤੱਕ ਕੋਈ ਰਿਪੋਰਟ ਨਹੀਂ ਹੋਇਆ ਜਿੱਥੇ ਕਿਤੇ ਲੜਾਈ ਝਗੜਾ ਹੋਵੇ। ਅਸੀਂ ਇਨਸ਼ੋਰ ਕੀਤਾ ਸੀਗਾ ਕਿ ਕਿਸੇ ਵੀ ਏਰੀਏ 'ਚ ਕੋਈ ਵੀ ਅਨਟੁਆਰਡ ਇੰਸੀਡੈਂਟ ਨਾ ਹੋਵੇ, ਇਸ ਕਰਕੇ ਸਾਡੇ ਜਿਹੜੇ ਪੂਰੇ ਜਿਹੜੇ ਡਿਪਲੋਇਮੈਂਟ ਸੀ ਉਹ ਪੂਰੇ ਪੁਖਤਾ ਸੀਗੇ। ਕਿਉਂਕਿ EVM ਦੇ ਵਿੱਚ ਹੁਣ ਸਾਰੇ ਉਮੀਦਵਾਰਾਂ ਦੀ ਕਿਸਮਤ ਤੈਅ ਹੋ ਗਈ ਹੈ, 48 ਘੰਟੇ ਉਹਨਾਂ ਦੀ ਦਿਲ ਦੀ ਧੜਕਣ ਵਧੀ ਹੋਏਗੀ, 48 ਘੰਟੇ ਤੁਹਾਡੇ ਲਈ ਵੀ ਬੜਾ ਅਹਿਮ ਰਹਿਣ ਵਾਲੇ ਹੈ ਜਦੋਂ ਤੱਕ 13 ਤਰੀਕ ਆਉਣੀ ਹੈ। ਕਿਸ ਤਰੀਕੇ ਦੀ ਤਿਆਰੀ, ਕਿੱਥੇ EVM ਮਸ਼ੀਨਾਂ ਰੱਖੀਆਂ ਜਾਣਗੀਆਂ, ਉੱਥੇ ਕਿੰਨੀ ਡਿਪਲੋਇਮੈਂਟ ਹੋਏਗੀ, ਕਿਸ ਤਰੀਕੇ ਦਾ ਰਹੇਗਾ ਪ੍ਰੋਗਰਾਮ? ਦੇਖੋ, ਜਿਹੜੇ ਵੀ EVM ਦਾ ਡਿਪਲੋਇਮੈਂਟ ਹੈਗਾ ਉਹ ਸਪੋਰਟਸ ਕਾਲਜ ਹੋਣਾ ਹੈਗਾ, ਉੱਥੇ ਜਿਹੜੇ ਮਲਟੀ ਸਪੋਰਟਸ ਹੈ ਜਾਂ ਖਾਲਸਾ ਸਕੂਲ ਹੈ, ਕੋਈ ਖਾਲਸਾ ਸਕੂਲ ਵੀ ਕਹਿ ਰਹੇ ਸੀ? ਚਲੋ, ਇਹਦਾ ਲੋਕੇਸ਼ਨਸ ਦਾ ਜਿਹੜਾ ਵੀ ਡਿਪਲੋਇਮੈਂਟ ਹੈ ਉਹ ਅਸੀਂ ਮਲਟੀਪਲ ਲੇਅਰਿੰਗ 'ਤੇ ਡਿਪਲੋਇਮੈਂਟ ਜਿਹੜਾ ਹੈਗਾ ਉਹ ਕੀਤਾ ਹੈਗਾ, ਜਿਹਦੇ ਵਿੱਚ CAPF, SAP ਔਰ ਜ਼ਿਲ੍ਹਾ ਪੁਲਿਸ, ਇਸ ਤੋਂ ਇਲਾਵਾ ਜਿਹੜੇ ਮਲਟੀਪਲ ਜਿਹੜੇ ਹੈਗੇ ਗੈਸਟ ਅਫਸਰ ਹੈ ਉਹ ਤੈਨਾਤ ਰਹਿਣਗੇ। ਤੋ ਸਾਡੇ ਵੱਲੋਂ ਜਿਹੜੇ ਨੋਰਮਸ ਮੁਤਾਬਿਕ ਜਿਹੜੀ ਹੈਗੀ ਪੂਰੀ ਇਸ ਸੰਬੰਧ 'ਚ ਪੂਰੀ ਤਿਆਰੀ ਹੈ। ਧੰਨਵਾਦ ਸਮਾਂ ਦੇਣ ਲਈ। ਤਾਂ ਪੁਲਿਸ ਪ੍ਰਸ਼ਾਸਨ ਦਾ ਕੰਮ ਵੀ ਅੱਜ ਕਾਬਲੇ ਤਾਰੀਫ ਰਿਹਾ ਵੈ, ਚੰਗਾ ਇੰਤਜ਼ਾਮ ਜਿਹੜਾ ਵਾ ਉਹਨਾਂ ਦੇ ਵੱਲੋਂ ਵੀ ਦੇਖਣ ਨੂੰ ਮਿਲਿਆ। ਆਪਣੇ ਸਹਿਯੋਗੀ ਸੰਦੀਪ ਦੇ ਨਾਲ ਪੰਕਜ ਭਾਈ, ਨਿਊਜ਼ 18 ਜਲੰਧਰ। ਜਲੰਧਰ ਵੈਸਟ ਦੀ ਜ਼ਿਮਨੀ ਚੋਣ ਅੱਜ ਹੋ ਚੁੱਕੀ ਹੈ ਔਰ ਸਾਰਾ ਦਿਨ ਮਾਹੌਲ ਸ਼ਾਂਤ ਰਿਹਾ। ਇੱਕ ਸਵੇਰੇ ਸ਼ੀਤਲ ਉਂਗਰਾਲ ਨੇ ਕੁਝ ਇਲਜ਼ਾਮ ਜ਼ਰੂਰ ਲਗਾਏ ਸੀਗੇ, ਲੇਕਿਨ ਪ੍ਰਸ਼ਾਸਨ ਨੇ ਸਾਰਾ ਸਿਸਟਮ ਜਿਹੜਾ ਚੰਗਾ ਪਰਫੋਰਮ ਕੀਤਾ। ਮੈਂ ਗੱਲਬਾਤ ਕਰ ਲੈਂਦੇ ਹਾਂ ਜਿੱਥੇ ਜੀ, ਚੰਗਾ ਪਰਫੋਰਮੈਂਸ ਰਹੀ ਹੈ ਅੱਜ, ਪੁਲਿਸ ਦੀ ਵੀ ਕਿਤੇ ਲੜਾਈ ਝੜਪ ਦੀ ਖਬਰ ਨਹੀਂ ਆਈ, ਓਵਰਆਲ ਦੇਖਿਆ ਜਾਵੇ ਕਿਵੇਂ ਰਹੀ ਸਿਚੁਏਸ਼ਨ? ਦੇਖੋ, ਤੁਸੀਂ ਵੀ ਏਰੀਏ 'ਚ ਮੌਜੂਦ ਸੀਗੇ, ਸਾਡੇ ਵੱਲੋਂ ਜਿਹੜੇ ਬੈਸਟ ਐਫਰਟ ਜਿਹੜੇ ਅਸੀਂ ਕੀਤੇ ਹੈਗੇ, ਅਸੀਂ ਪੀਸਫੁੱਲ ਸਿਕਿਓਰ ਫ੍ਰੀ ਐਂਡ ਫੇਅਰ ਇਲੈਕਸ਼ਨ ਜਿਹੜਾ ਹੈ ਉਹ ਕੰਡਕਟ ਕਰਨ ਦਾ ਸਾਡਾ ਜਿਹੜਾ ਇੰਟੈਂਸ਼ਨ ਸੀ ਉਹ ਅਸੀਂ ਕੰਪਲੀਟ ਕੀਤਾ ਹੈਗਾ। ਸਾਡੇ ਵੱਲੋਂ ਜਿੰਨੇ ਵੀ ਵਾਰਡ ਸੀ ਤੇ ਉੱਥੇ ਮਲਟੀਪਲ ਜਿਹੜੀ ਪੈਟਰੋਲਿੰਗ ਪਾਰਟੀਜ਼, ਸਾਡੇ ਗੈਸਟਰ ਅਫਸਰ ਸਾਹਿਬਾਨ, SHO ਸਾਹਿਬਾਨ ਸਾਰੇ ਲੱਗੇ ਸੀਗੇ ਐਂਡ ਅਸੀਂ ਹਰ ਇੱਕ ਬੂਥ ਨੂੰ, ਹਰ ਇੱਕ ਪੋਲਿੰਗ ਲੋਕੇਸ਼ਨ ਨੂੰ ਰੈਗੂਲਰਲੀ ਕਵਰ ਕਰਦੇ ਸੀਗੇ। ਤੋ ਸਾਡੇ ਵੱਲੋਂ ਜਿਹੜਾ ਹੈਗਾ ਲੋਕਤੰਤਰ ਦਾ ਜਿਹੜਾ ਮਹਾਂਪਰਵ ਹੈ ਉਹਦੇ 'ਚ ਪੂਰਾ ਜਿਹੜਾ ਹੈਗਾ ਐਫਰਟ ਜਲੰਧਰ ਪੁਲਿਸ ਵੱਲੋਂ ਕੀਤਾ ਗਿਆ। ਰਾਜਾ ਵਰਿੰਗ, ਅੱਜ ਕਮਿਸ਼ਨਰ ਦਫ਼ਤਰ ਬੈਠ ਕੇ ਸ਼ੀਤਲ ਨੇ ਇਲਜ਼ਾਮ ਲਗਾਏ
ਕਿ ਬਾਹਰੋਂ ਕੁਛ ਆਏ ਨੇ, ਉਹਨਾਂ ਨੂੰ ਲੈ ਕੇ ਕੋਈ ਐਕਸ਼ਨ ਆ ਉਸ ਕਿਸੇ? ਦੇਖੋ ਇਹਦੇ ਰਿਗਾਰਡਿੰਗ ਸਾਨੂੰ ਕੋਈ ਪ੍ਰੋਪਰ ਜਿਹੜੀ ਕੰਪਲੇਨਿੰਗ ਹੈਗੀ ਉਹ ਨਹੀਂ ਹੋਈ। ਕੁਛ ਲੋਕ ਇਹਨਾਂ ਨੇ ਕਿਹਾ ਹੈਗੇ, ਦੇਖੋ ਕੁਛ ਲੋਕ ਰੈਗੂਲਰ ਮੂਵਮੈਂਟ, ਕਈਆਂ ਦਾ ਰੈਗੂਲਰ ਮੂਵਮੈਂਟ ਸੀ ਉਹ ਅਸੀਂ ਚੈੱਕ ਕੀਤਾ ਸੀਗਾ, ਤੋ ਸਾਰੀ ਚੀਜ਼ਾਂ ਅਸੀਂ ਵੈਰੀਫਾਈ ਕੀਤੀਆਂ ਹੈਗੇ ਐਂਡ ਅਕੋਰਡਿੰਗਲੀ ਅਸੀਂ ਉਹਦੇ 'ਚ ਐਕਸ਼ਨ ਲਿਆ। ਕਿਤੇ ਕੋਈ ਲੜਾਈ ਝਗੜੇ ਦੀ ਜਾਂ ਕਿਤੇ ਕੋਈ ਆਈ ਜਾਂ ਕਲੀਅਰ ਰਿਹਾ ਸਾਰਾ ਸਮੂਹ? ਨਹੀਂ ਨਹੀਂ ਜੀ, ਇਹੋ ਜਿਹਾ ਕੋਈ ਇੰਸੀਡੈਂਟ ਹਲੇ ਤੱਕ ਕੋਈ ਰਿਪੋਰਟ ਨਹੀਂ ਹੋਇਆ ਜਿੱਥੇ ਕਿਤੇ ਲੜਾਈ ਝਗੜਾ ਹੋਵੇ। ਅਸੀਂ ਇਨਸ਼ੋਰ ਕੀਤਾ ਸੀਗਾ ਕਿ ਕਿਸੇ ਵੀ ਏਰੀਏ 'ਚ ਕੋਈ ਵੀ ਅਨਟੂਵਰਡ ਇੰਸੀਡੈਂਟ ਨਾ ਹੋਵੇ, ਇਸ ਕਰਕੇ ਸਾਡੇ ਜਿਹੜੇ ਪੂਰੇ ਜਿਹੜੇ ਡਿਪਲੋਇਮੈਂਟ ਸੀ ਉਹ ਪੂਰੇ ਪੁਖਤਾ ਸੀਗੇ। ਕਿਉਂਕਿ EVM ਦੇ ਵਿੱਚ ਹੁਣ ਸਾਰੇ ਉਮੀਦਵਾਰਾਂ ਦੀ ਕਿਸਮਤ ਤੈਅ ਹੋ ਗਈ ਹੈ, 48 ਘੰਟੇ ਉਹਨਾਂ ਦੀ ਦਿਲ ਦੀ ਧੜਕਣ ਵਧੀ ਹੋਏਗੀ, 48 ਘੰਟੇ ਤੁਹਾਡੇ ਲਈ ਵੀ ਬੜਾ ਅਹਿਮ ਰਹਿਣ ਵਾਲੇ ਹੈ ਜਦੋਂ ਤੱਕ 13 ਤਰੀਕ ਆਉਣੀ ਹੈ। ਕਿਸ ਤਰੀਕੇ ਦੀ ਤਿਆਰੀ, ਕਿੱਥੇ EVM ਮਸ਼ੀਨਾਂ ਰੱਖੀਆਂ ਜਾਣਗੀਆਂ, ਉੱਥੇ ਕਿੰਨੀ ਡਿਪਲੋਇਮੈਂਟ ਹੋਏਗੀ, ਕਿਸ ਤਰੀਕੇ ਦਾ ਰਹੇਗਾ ਪ੍ਰੋਗਰਾਮ? ਦੇਖੋ ਜਿਹੜੇ ਵੀ EVM ਦਾ ਡਿਪਲੋਇਮੈਂਟ ਹੈਗਾ ਉਹ ਸਪੋਰਟਸ ਕਾਲਜ ਹੋਣਾ ਹੈਗਾ, ਉੱਥੇ ਜਿਹੜੇ ਮਲਟੀ ਸਪੋਰਟਸ ਹੈ ਜਾਂ ਖਾਲਸਾ ਸਕੂਲ ਹੈ, ਕੋਈ ਖਾਲਸਾ ਸਕੂਲ ਵੀ ਕਹਿ ਰਹੇ ਸੀ। ਚਲੋ ਇਹਦਾ ਲੋਕੇਸ਼ਨਸ ਤਾਂ ਜਿਹੜਾ ਵੀ ਡਿਪਲੋਇਮੈਂਟ ਹੈ ਉਹ ਅਸੀਂ ਮਲਟੀਪਲ ਲੇਅਰਿੰਗ 'ਤੇ ਡਿਪਲੋਇਮੈਂਟ ਜਿਹੜਾ ਹੈਗਾ ਉਹ ਕੀਤਾ ਹੈਗਾ, ਜਿਹਦੇ ਵਿੱਚ CAPF, SAP ਔਰ ਜ਼ਿਲ੍ਹਾ ਪੁਲਿਸ, ਇਸ ਤੋਂ ਇਲਾਵਾ ਜਿਹੜੇ ਮਲਟੀਪਲ ਜਿਹੜੇ ਹੈਗੇ ਸਰ ਅਫਸਰ ਉਹ ਤੈਨਾਤ ਰਹਿਣਗੇ। ਤੋ ਸਾਡੇ ਵੱਲੋਂ ਜਿਹੜੇ ਨੋਮਸ ਮੁਤਾਬਿਕ ਜਿਹੜੀ ਹੈਗੀ ਪੂਰੀ ਇਸ ਸੰਬੰਧ 'ਚ ਪੂਰੀ ਤਿਆਰੀ ਹੈ। ਧੰਨਵਾਦ ਸਮਾਂ ਦੇਣ ਲਈ। ਤਾਂ ਪੁਲਿਸ ਪ੍ਰਸ਼ਾਸਨ ਦਾ ਕੰਮ ਵੀ ਅੱਜ ਕਾਬਲੇ ਤਾਰੀਫ ਰਿਹਾ ਵੈ, ਚੰਗਾ ਇੰਤਜ਼ਾਮ ਜਿਹੜਾ ਵਾ ਉਹਨਾਂ ਦੇ ਵੱਲੋਂ ਵੀ ਦੇਖਣ ਨੂੰ ਮਿਲਿਆ। ਆਪਣੇ ਸਹਿਯੋਗੀ ਸੰਦੀਪ ਦੇ ਨਾਲ ਪੰਕਜ ਭਾਈ, ਨਿਊਜ਼ 18 ਜਲੰਧਰ।